अस्सलाम वालेकुम बात से बात के साथ आपकी खिदमत में हाजिर होए असि दीवाने मुस्लिम लीग नून दे होए असि दीवाने मुस्लिम लीग नून दे एदे रिश्ते पक्के साडे खून दे लो जी मियां साहब दा खिताब सुन लिया सब ने सुन लिया आज जलसे बहुत सारे मकररीन ने खिताब कीता ਬੜੇ ਜੀ ਮੀਆਂ ਸਾਹਿਬੀਆਂ ਗੱਲਾਂ ਨੇ ਸਿੱਧੀਆਂ-ਸਿੱਧੀਆਂ ਨਾ ਲੈ ਕੇ ਔਰ ਬਿਲਕੁਲ ਹਕੀਕਤ ਆਪਣੀ ਗੱਲਾਂ ਕਰ ਰਹੇ ਨੇ ਤੇ ਉਹ ਫਿਰ ਲੋਕ ਬੜੀ شدت ਨਾਲ ਇੰਤਜ਼ਾਰ ਕਰਦੇ ਨੇ ਕਿ ਵੀ ਕਦੋਂ ਮੀਆਂ ਸਾਹਿਬ ਖitab ਕਰਨ ਪਹਿਲਾ ਖitab ਵਾਲੇ ਉਹਨਾਂ ਦਾ ਮوضوع ਬੈਸ ਰੰਦਾ ਹੈ ਉਹਨੇ ਦਿਨ ਉਹ ਅਗਲਾ ਨਾ ਖitab ਕਰ ਦਿੰਦੇ ਨੇ ਤੇ ਅੱਜ ਵੀ ਉਹਨਾਂ ਨੇ ਬੜਾ ਜ਼ਬਰਦਸਤ ਖitab ਕੀਤਾ ਔਰ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਨਾ ਲੈ ਕੇ ਇਸ ਤੋਂ ਕਹਿ ਰਿਹਾ ਕਿ ਮੈਂ ਪੂਰੇ ادارے ਨੂੰ ਨਹੀਂ ਕਹਿ ਰਿਹਾ ਇਸ ਤੋਂ ਕੋਈ ਇਹ ਨਾ ਸਮਝੇ ਕਿ ਮੈਂ ਨਾਂ ਲੈ ਰਿਆਂ ਤਾਂ ਇਸੀ ਤੋਂ ਮੈਂ ਨਾਂ ਲੈ ਰਿਆਂ ਹਾਂ ਕਿ ਜਿਹੜੀ ਜਿਹੜੀ ਖਰਾਬੀ ਹੈ ਮੈਂ ਉਹਦਾ ਨਾਂ ਲੈ ਰਿਆਂ ਪੂਰੇ ادارے ਨੂੰ ਨਹੀਂ ਮੈਂ ਕਹਿ ਰਿਆਂ ਕੋਈ ਨਾ ਸਮਝੇ ਕਿ ਮੈਂ ਪਾਕ ਫੌਜ ਦੇ ਖਿਲਾਫ ਹਾਂ ਮੈਂ ਜਿਹੜੀ ਉਹਦੇ ਵਿੱਚ ਖਰਾਬੀਆਂ ਨੇ ਮੈਂ ਉਹਨਾਂ ਦਾ ਨਾਂ ਲੈ ਕੇ ਤੁਹਾਨੂੰ ਪੇ ਦੱਸਣਾ ਹਾਂ ਲੋ ਬਈ ਪਤਾ ਸਭ ਨੂੰ ਹੀ ਸੀ ਕੌਣ ਕਿਹਨੂੰ ਨਹੀਂ ਪਤਾ ਸੀ ਲੇਕਿਨ ਜਦੋਂ ਫਿਰ ਲੀਡਰ ਆ ਕੇ ਬੋਲਦਾ ਹੈ ਔਰ ਗਰਜਦਾ ਹੈ ਇੱਛੇ ਆਵਾਂ ਫੇ ਜੜੀ ਨਾ ਉਹ ਚੌੜੀ ਹੋ ਕੇ ਖੜੀ ਹੋ ਜਾਂਦੀ ਉਹਨ ਲੱਗਦਾ ਹੈ ਕਿ ਬਈ ਸਾਡਾ ਲੀਡਰ ਖੜਾ ਹੈ ਉਹਨੇ ਹਿੰਮਤ ਫੜ ਲਈ ਅਸੀਂ ਕਿਉਂ ਨਾ ਫੜੀਏ ਤੇ ਉਹ ਫਿਰ ਮੰਜ਼ਰ ਜਿਹੜਾ ਹੈ ਨਾ ਜ਼ਬਰਦਸਤ ਹੋ ਜਾਂਦਾ ਤੇ ਹੁਣ ਤਦੇ ਹੀ ਤੇ ਸਾਰੇ ਪਰੇਸ਼ਾਨੀਆਂ ਪਈਆਂ ਪਸੂੜੀਆਂ ਪਈਆਂ ਨੇ ਕਿ ਬਈ ਹੁਣ ਕਿਸੇ ਤਰੀਕੇ ਨਾਲ ਨਾ ਆਸ਼ੀਰ ਬਚੋ ਬਿ ਚੁਪ ਕਰਾਓ ਕਦੀ ਮੀਆਂ ਸਾਹਿਬ ਦੇ ਲੰਡਨ ਚ ਆ ਕੇ ਮਿੰਤਾ ਤਰਲੇ ਤੇ ਕਦੀ ਕਿਤੇ ਹੋਰ ਕਦੀ ਕਿਤੇ ਹੋਰ ਪਰ ਮੀਆਂ ਸਾਹਿਬ ਨੇ ਕਿਹਾ ਨਹੀਂ ਬਈ ਬੜੇ ਠੁੱਡੇ ਖਾਦੇ ਮੈਂ ਹੌਣ ਇਸ ਵਾਰ ਇਸ ਦਫਾ ਠੁੱਡਾ ਮੇਰਾ ਵਜਣਾ ਵੇ ਤਨੂ ਉਹ ਜੀ ਮੀਆਂ ਸਾਹਿਬ ਅੰਦੇ ਜਿਹਾ ਉਹ ਠੁੱਡੇ ਮਾਰ ਕੇ ਫਿਰ ਚਲੇ ਜਾਂਦੇ ਇਹਨਾਂ ਨੂੰ ਕਿੰਨੀ ਵਿਚਾਰਗੀ ਇਹ ਦੇਖੋ ਭਈ ਕੁਛ ਨਹੀਂ ਬੋਲ ਸਕਦੇ ਕੁਛ ਨਹੀਂ ਕਹਿ ਸਕਦੇ ਲੇਕਿਨ ਇਸੀ ਵਿਚਾਰਗੀ ਦੇ ਨਾਲ ਲੋਕ ਜਿਹੜੇ ਨੇ ਨਾ ਜ਼ਿੰਦਾ ਰਹੇ ਨੇ ਇਹਨਾਂ ਦੇ ਨਾਲ ਕਿ ਇਹਨਾਂ ਨੇ ਇੱਕ ਮੁਲਕ ਦਾ ਜਿਹੜਾ ਹਸ਼ਰ ਕੀਤਾ ਵੇ ਲੇਕਿਨ ਹੁਣ ਕਹਿੰਦੇ ਉਹ ਕਹਿੰਦੇ ਨੇ ਯੋਮ-ਏ-ਹਿਸਾਬ ਜਿਹੜਾ ਹੁਣ ਕਰੀਬ ਹੈ ਹੋਂ ਸਾਰਿਆਂ ਨੂੰ ਜਵਾਬ ਦੇਣੇ ਪੈਣਗੇ ਮੀਆਂ ਸਾਹਿਬ ਨੇ ਨਾਂ ਲੈ ਕੇ ਕੀ ਐ ਫੈਸ ਜਨਰ ਫੈਸ ਔਰ ਬਾਜਵਾ ਨਿੱਕਾ ਬਾਜਵਾ ਤੇ ਵੱਡਾ ਬਾਜਵਾ ਸਾਰਿਆਂ ਦੇ ਮੀਆਂ ਸਾਹਿਬ ਨੇ ਨਾਂ ਲਏ ਨੇ ਤੇ ਦੱਸਿਆ ਵੇ ਇੱਕ ਬਈ ਇਹ ਇਹ ਕੁਛ ਕਰਦੇ ਰਹੇ ਨੇ ਤੇ ਮੁਲਕ ਦੀ ਤਕਦੀਰ ਨਾ ਜੜਾ ਖੇਲੇ ਨੇ ਉਹ ਬਾਜਵਾ ਸਾਹਿਬ ਤੁਸੀਂ ਕੀ ਕਰ ਦਿੱਤਾ ਇਸ ਮੁਲਕ ਦੇ ਨਾਲ ਕਿ ਤੁਸੀਂ ਇਹ ਚਵਲ ਨੂੰ ਨਾ ਹੀ ਲੈ ਕੇ ਆਂਦੇ ਤੇ ਬਿਹਤਰ ਸੀ ਅਗਰ ਤੁਸੀਂ ਨਵਾਜ਼ ਸ਼ੀਫ ਦੀ ਇੰਨੀ ਤੁਹਾਨੂੰ ਮੁਖਾਲਫਤ ਤੁਸੀਂ ਕਰਨੀ ਸੀ ਕੋਈ ਚੱਜ ਜਦਾ ਬੰਦਾ ਲੈ ਕੇ ਆ ਜਾਂਦੇ ਕੋਈ ਚੱਜ ਦਾ ਬੰਦਾ ਬਿਠਾ ਦੇਦੇ ਤੜੇ ਇੰਨੀ ਬੇਇੱਜ਼ਤੀ ਨਾ ਹੁੰਦੀ ਤੁਸੀਂ ਇਹ ਤੁਹਾਨੂੰ ਇਹ ਪੂਰੇ ਮੁਲਕ ਵਿੱਚ ਆ ਬਾਂਦਰ ਮਿ ਲਿਆ ਸੀ ਕਿ ਜਿਹਨੂੰ ਲਿਆ ਕੇ ਬਿਠਾ ਦਿੱਤਾ ਜਿਹਨੂੰ ਨਾ ਕਿਸੇ ਗੱਲ ਦਾ ਪਤਾ ਨਾ ਕੋਈ ਸੋਚ ਹੈ ਨਾ ਕੋਈ ਅਕਲ ਹੈ ਨਾ ਕੋਈ ਟੀਮ ਹੈ ਤੁਸੀਂ ਲਿਆ ਕੇ ਬੜਾ ਉਹ 22 ਸਾਲ ਦੀ ਜਿੱਦੋ ਜਹਿਦ ਉਹ ਅੱਲਾ ਨੂੰ ਮੰਨੋ ਇਹ 22 ਸਾਲ ਦੀ ਜਿੱਦੋ ਜਹਿਦ ਤੇ ਸਾਡੇ ਜਿਹੜਾ ਨਾ ਜੋਲਾਂ ਚ ਬੈਠ ਗਈ ਉਹ ਲੋਕਾਂ ਦੇ ਗਟਿਆਂ ਚ ਤੁਸੀਂ ਬੈਠ ਗਏ ਇੰਨਾ ਕਿ ਲੋਕਾਂ ਦਾ ਤੁਸੀਂ ਬੁਰਾ ਹਾਲ ਕਰ ਦਿੱਤਾ ਕਿ ਹੁਣ ਲੋਕ ਪਰੇਸ਼ਾਨ ਹੋਏ ਨੇ ਕਿ ਮਹਿੰਗਾਈ ਨੇ ਜਿਹੜਾ ਨਾ ਕਹਿੰਦੇ ਲੱਕ ਤੋੜ ਦਿੱਤੇ ਲੋਕਾਂ ਦੇ ਫੇ ਲੋਕ ਤੁਹਾਨੂੰ ਗਾਲਾਂ ਨ ਕੱਢਣ ਤੇ ਕੀ ਕੱਢਣ ਬਈ ਹੁਣ عوام ਹੋ ਗਏ ਪਰ ਤੈਸ਼ ਵਿੱਚ ਔਰ ਬੜੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਲੀਡਰ ਥਾ ਠਾਨ ਲੈਂਦੇ ਨੇ ਲੋਕ ਠਾਨ ਲੈਂਦੇ ਫਿਰ ਤਬਦੀਲੀ ਉਹ ਜਿਹੜੀ ਅਸਲ ਤਬਦੀਲੀ ਆ ਹੁਣ ਆਣੀ ਹੈ ਜਿਹੜੀ ਤੁਸੀਂ ਕੀਤੀ ਸੀ ਨਾ ਬਾਜਵਾ ਸਾਹਿਬ ਜਿਹੜੀ ਤਬਦੀਲੀ ਉਹ ਤਬਦੀਲੀ ਨਹੀਂ ਸੀ ਉਹ ਤਾਂ ਤੁਸੀਂ ਕੀਤਾ ਸੀ ਮੁਲਕ ਦੇ ਨਾਲ ਮਜ਼ਾਕ ਤਬਦੀਲੀ ਤਾਂ ਹੋਣਾ ਨਹੀਂ ਜੇ ਜਦੋਂ ਤਬਦੀਲੀ ਆਈ ਤੇ ਫਿਰ ਅਸੀਂ ਦੱਸਣਾ ਵਈ ਕਿ ਤਬਦੀਲੀ ਆਈ ਰੇ ਫਿਰ ਆਵਾਮ ਨੇ ਦੱਸਣਾ ਤੁਹਾਨੂੰ ਇਹ ਤਬਦੀਲੀ ਤੁਸੀਂ ਜਿਹੜਾ ਮੁਲਕ ਦਾ ਹਸ਼ਰ ਕਰ ਦਿੱਤਾ ਪਰੀ ਐਕਸਟੈਂਸ਼ਨ ਦੇ ਚੱਕਰ ਵਿੱਚ ਕਦੀ ਤੁਸੀਂ ਸਿਆਸੀ ਜਮਾਤਾਂ ਨੂੰ ਤੁਸੀਂ ਬਲੈਕਮੇਲ ਕਰਦੇ ਹੋ ਕਦੀ ਤੁਸੀਂ ਆਵਾਮ ਨੂੰ ਚੁੱਕ ਕੇ ਲੈ ਜਾਂਦੇ ਹੋ ਕਦੀ ਤੁਸੀਂ 12 ਦੇ ਦਫ਼ਤਰਾਂ 'ਚ ਪਹੁੰਚ ਜਾਂਦੇ ਹੋ ਕਦੀ ਤੁਸੀਂ ਜਜਾਂ ਦੇ ਕੋਲ ਪਹੁੰਚ ਜਾਂਦੇ ਹੋ ਫੈਸਲੇ ਕਰਾਉਣ ਉਹ ਤੁਸੀਂ ਕਿਹੜੀ ਕੋਈ ਜਗ੍ਹਾ ਛੱਡੀ ਵੀ ਹੈ ਵੇ ਉਹ ਦੱਸੋ ਤਾਂ ਸਹੀ ਕਿ ਭਈ ਇਹ ਜਗ੍ਹਾ ਸਾਡੇ ਕੋਲੋਂ ਬਚੀ ਹੋਈ ਹੈ ਉਹ ਸਾਕਿਬ ਨਸਾਰ ਜਿਹੇ ਜਿਹੜੇ ਕਿਰਦਾਰ ਸਨ ਘਨੌਨੇ ਉਹ ਬਾਬਾ ਦਿਲ ਕਰਦਾ ਕਿ ਸਾਹਮਣੇ ਆ ਜਾ ਇਹਨਾਂ ਬੰਦਾ ਉਹਦੀਆਂ ਲੱਤਾਂ ਤੋੜ ਦੇ ਇਸ ਬਾਬੇ ਦੀਆਂ ਬੰਦਾ ਜਿਹੜਾ ਜਿਹੜਾ ਐਸਾ ਕਰਕੇ ਗਿਆ ਮੁਲਕ ਦਾ ਬੇੜਾ ਅਗਰਕ ਕਰਕੇ ਗਿਆ ਉਹਦੇ ਮੂੰਹ ਦੇ ਉੱਤੇ ਸਾਰੀ ਜ਼ਿੰਦਗੀ ਲਾਂਤਾਂ ਪੈਣੀਆਂ ਉਹ ਵੀ ਲਾਂਤੀ ਕਿਰਦਾਰ ਉਹਨੂੰ ਪੈਣੀਆਂ ਸਾਰੀ ਜ਼ਿੰਦਗੀ ਲਾਂਤਾਂ ਇਸ ਤੋਂ ਕਿ ਉਹ ਮਲਕ ਜਨੂਨਾ ਜਿਹੜਾ ਇੱਕ ਤਮਾਸ਼ਾ ਉਹ ਇੱਕ ਆਇਨ ਦੇ ਨਾਲ ਮਜ਼ਾਕ ਕਰਨ ਵਾਲਾ ਸਭ ਤੋਂ ਵੱਡਾ ਉਹ ਜਣਾ ਇਨਸਾਨ ਜਿਹੜਾ ਸਾਕਿਬ ਨਿਸਾਰ ਉਸ ਮਲਕ ਦੇ ਨਾਲ ਜੋ ਕਰਕੇ ਗਿਆ ਇਹਨਾਂ ਜਰਨਲਾਂ ਦੇ ਨਾਲ ਮਿਲ ਕੇ ਇਹ ਜਾਣਦੇ ਸਨ ਫ਼ਦਾਲਤਾਂ ਵਿੱਚ ਪਿੱਛੇ ਪਿਛਲੇ ਅੰਦਰਵਾਜ਼ੀਆਂ ਤੋਂ ਛੁਪ-ਛੁਪ ਕੇ ਤੁਸੀਂ ਇੰਨੇ ਸੱਚੇ ਹੋ ਤੁਸੀਂ ਸਾਹਮਣੇ ਦਰਵਾਜ਼ੀਆਂ ਤੋਂ ਜਾਓ ਨਾ ਕਿਉਂ ਜਾਂਦੇ ਹੋ ਤੁਹਾਡਾ ਕੀ ਕੰਮ ਹੈ ਨਹੀਂ ਇਹਨਾਂ ਨੂੰ ਆਦਤ ਪਈ ਹੋਈ ਮਜ਼ੇ ਲੱਗੇ ਹੋਏ ਉਹ ਮਜ਼ੇ ਛੁੱਟਣੇ ਜਿਹੜੇ ਨੇ ਨਾ ਉਹ ਮੁਸ਼ਕਲ ਨੇ ਉਹ ਕਹਿੰਦੇ ਨਸ਼ਾ ਉਹ ਨਸ਼ਾ ਕਿਸੇ ਨੂੰ ਛੁੜਾਣਾ ਹੋਵੇ ਨਾ ਤਾਂ ਬੜੀਆਂ ਮੁਸ਼ਕਿਲਾਂ ਆਂਦੀਆਂ ਨੇ ਔਰ ਇਹਨਾਂ ਦਾ ਨਸ਼ਾ ਵੀ ਜਿਹੜਾ ਹੈ ਨਾ ਉਹ ਮੀਆਂ ਸਾਹਿਬ ਨੇ ਹੁਣ ਛੁੜਾਣਾ ਹੁਣ ਆਹ ਇਸ ਤਰ੍ਹਾਂ ਡੋਜ਼ ਜਿਹੜਾ ਮੀਆਂ ਸਾਹਿਬ ਦਿੰਦੇ ਨੇ ਉਹਨਾਂ ਨੂੰ ਲਾਂਦੇ ਨੇ ਰੋਜ਼ਾਨਾ ਦੀ ਤੇ ਉਹ ਫੇਰ ਬਾਜੀ ਚੀਕਾਂ ਪੈਂਦੀਆਂ ਨੇ ਤੇ ਹੁਣ ਹੁਣ ਜਿਹੜਾ ਉਹ ਤੁਸੀਂ ਤਿਆਰੀ ਫੜ ਲਓ ਅਸੀਂ ਨੇ ਹੁਣ ਜਿੱਦਣ GHQ ਦੇ ਸਾਹਮਣੇ ਜਾ ਕੇ ਧਰਨਾ ਦੇ ਦਿੱਤਾ ਨਾ ਤੁਹਾਨੂੰ ਲੱਗ ਪਤਾ ਜਾਣਾ ਕੋਈ ਫੌਜ ਆਪਣੀ ਆਵਾਮ ਦੇ ਨਾਲ ਨਹੀਂ ਲੜ ਸਕਦੀ ਔਰ ਨਾ ਨੂੰ ਲੜਨਾ ਚਾਹੀਦਾ ਇਹੋਂ ਬੈਤਰ ਹੈ ਵੀ ਕਿ ਤੁਸੀਂ ਇਹ ਕਰੋ ਕਿ ਵੀ ਤੁਰਕੀ ਬੰਗਲ ਲੋਕ ਨਿਕਲਣ ਤੇ ਲਿਤਰੋਂ ਪਰੇ ਹੇਟ ਸ਼ੁਰੂ ਹੋ ਜਾਏ ਉਸ ਤੋਂ ਬੈਤਰ ਹੈ ਇੱਜ਼ਤ ਸਿਵੀ ਦੀ ਹਲੇ ਵੀ ਨੋ ਆਸ਼ਿਫ ਤਨੂੰ ਪਹਿੰਦੇ ਰਿਹਾ ਵੀ ਹਵਾਬ ਨੂੰ ਇੰਨਾ ਨਹੀਂ ਪਿਆ ਕਰਦਾ ਇੱਕ ਤਕਰੀਰ ਕਰਕੇ ਤੇ ਚਲਾ ਜਾਂਦਾ ਤੁਸੀਂ ਇੰਟਰਨੈਟ ਬੰਦ ਕਰਦੇ ਹੋ ਤੁਸੀਂ ਕੁਝ ਕਰਦੇ ਉਹ ਕਹਿੰਦਾ ਕਿ ਚਲੋ ਵੀ ਸ਼ਾਇਦ ਮੇਰੀ ਅਗਲੀ ਤਕਰੀਰ ਤੱਕ ਇਹਨਾਂ ਤੇ ਕੋਈ ਅਸਰ ਹੋ ਜਾਵੇ ਪਰ ਤੁਸੀਂ ਉਹ ਨਹੀਂ ਤਦਿਆਂ ਤੇ ਲੱਗੇ ਹੋ ਕੇ ਦਰਵਾਜ਼ੇ ਤੋੜਤੇ ਆਈ ਜੁਨੇ ਚੁੱਕ ਲਿਆ ਰਿਪੋਰਟਰ ਨੂੰ ਚੁੱਕ ਲਿਆ ਉਹ ਟੜੇ ਉਹੀ ਹਰਕਤਾਂ ਤੇ ਉਹੀ ਟੜੇ ਤਮਾਸ਼ੇ ਇਹ ਹੁਣ ਚੱਲਣਾ ਨਹੀਂ ਜੋ بلوچستان ਚ ਤੁਸੀਂ ਕਰ ਰਹੇ ਹੋ ਜਿਸਨ ਲੋਕਾਂ ਨੂੰ ਜਿਸ ਦਾ ਆਫੀਆ ਦੇ ਦਿੱਤੀ ਉਹ ਕਿਹੜਾ ਤਮਾਸ਼ਾ ਇਸ ਮੁਲਕ ਚ ਜਿਹੜਾ ਤੁਸੀਂ ਨਹੀਂ ਕੀਤਾ ਉਹ ਕਿਹੜਾ ਸਿਆਹ ਕਾਰਨਾਮਾ ਜਿਹੜਾ ਤੁਸੀਂ ਅੰਜਾਮ ਨਹੀਂ ਦਿੱਤਾ ਹੁਣ ਤੇ ਲੋਕਾਂ ਨੇ ਪੁੱਛਣਾ ਕੁਝ ਲੋਕ ਪੁੱਛਦੇ ਨੇ ਕਿ ਕਿਉਂ ਡਰਦੇ ਹੋ ਨਵਾਸ਼ੀ ਸਾਹਿਬ ਨੇ ਐਂ ਕਿਹਾ ਮੈਂ ਫੋਨ ਨਹੀਂ ਕਹਿ ਰਿਹਾ ਮੈਂ ਨਾਂ ਲੈ ਕੇ ਤਾਂ ਦੇ ਜਿਹੜੇ 5-7 ਬੰਦੇ ਨੇ ਮੈਨੂੰ ਦਾ ਕਹਿ ਰਿਹਾ ਕਿ ਮੇਰੀ ਫੌਜ ਜਿਹੜੀ ਯੋ ਕਾਬਲੇ ਇੱਜ਼ਤ ਹੈ ਉਹ तमाम ਜਵਾਨ ਜਿਹੜੇ ਡਿਊਟੀਆਂ ਦੇਂਦੇ ਨੇ ਉਹ ਸਭ ਵਾਸਤੇ ਕਾਬਲੇ ਇੱਜ਼ਤ ਨੇ ਉਹਨਾਂ ਵਾਸਤੇ ਸਤ ਸਤ ਸਲਾਮ ਇੱਕ ਸਲਾਮ ਨਹੀਂ ਸਤ ਸਤ ਸਲਾਮ ਦੇ ਉਹਨਾਂ ਬੱਚਿਆਂ ਨੂੰ ਉਹ ਸਾਡੇ ਬੱਚੇ ਨੇ ਉਹ ਸਾਡੇ ਬਰਾਣੇ ਉਹ ਸਾਡੇ ਵੀਰ ਨੇ ਜਿਹੜੇ ਜਾ ਕੇ ਡਿਊਟੀਆਂ ਕਰਦੇ ਨੇ ਤੇ ਸਖਤ ਹਾਲਾਤ ਜਿਹੜੇ ਸਹਿੰਦੇ ਨੇ ਸਖਤੀਆਂ ਜਿਹੜੇ ਜਰਨਲਸ ਬੈਠ ਕੇ ਉਹਨਾਂ ਦੇ ਤਾਬੂਤ ਨੂੰ ਜਿਹੜੇ ਕੈਸ਼ ਕਰਾਉਂਦੇ ਨੇ ਤੇ ਉਹ ਉਹ ਜਿਹੜੇ ਨਾ ਉਹ ਮਸੂਮ ਬੱਚੇ ਜਿਹੜੇ ਜਿਹੜੇ ਡਿਊਟੀਆਂ ਦਿੰਦੇ ਨੇ ਉਹ ਉਹਨਾਂ ਨੂੰ ਸਲੋਟ ਨੇ ਉਹ ਦੋਨੋਂ ਦੋਨੋਂ ਹੱਥਾਂ ਨਾਲ ਸਲੋਟ ਲਏ ਉਹਨਾਂ ਨੂੰ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਚੰਦੇ ਲੋਕ ਜਿਹੜੇ ਨੇ ਉਹਨਾਂ ਦਾ ਨਾਂ ਲੈ ਕੇ ਕਿਹਾ ਜਾ ਰਿਹਾ ਇਸ ਤੋਂ ਉਹਨਾਂ ਨੇ ਅਪੀਲ ਕੀਤੀ ਬਾਕ ਫੋਰ ਦੇ ਅਫਸਰਾਨ ﺍﻟवी ਉਹਨਾਂ ਨੇ ਸਿਵਲ ਇੰਤਜ਼ਾਮੀਆਂ ਨੂੰ ਵੀ ਕਿਹਾ ਵੀ ਸਭ ਨੂੰ ਉਹਨਾਂ ਕਿਆ ਕਿਆ ਜਿਹੜਾ ਮੁਲਕ ਦਾ ਆਈ ਨੇ ਜਿਹੜਾ ਇਜ਼ਾਤ ਇੱਜ਼ਤ ਰਾਮ ਕਰੋ ਵਹਿਰ ਕਾਨੂੰਨੀ ਕੰਮ ਨਾ ਕਿਸਦਾ ਮੰਨੋ ਔਰ ਆਇਂ ਦਾ ਇਤਰਾਮ ਕਰੋ ਔਰ ਆਇਂ ਨੇ ਤਾਂ ਮੁਲਕ ਹੈ ਅਗਰ ਆਇਂ ਦਾ ਤੁਸੀਂ ਨਹੀਂ ਕਰੋਗੇ ਤਾਂ ਫਿਰ ਕੀ ਆਪਸ ਪਸੋੜੀਆਂ ਪੈ ਪਾ ਲਓ ਤੇ ਲੜਾਈ ਝਗੜੇ ਕਰ ਲਓ ਫਿਰ ਤੇ ਮੁਲਕ ਨਹੀਂ ਚੱਲਣਾ ਆਇਂ ਦੇ ਤਾਂ ਚਲਾਂਗੇ ਤਾਂ ਫੇਰ ਹੀ ਮੁਲਕ ਚੱਲੇਗਾ ਤਾਂ ਮੀਆਂ ਸਾਹਿਬ ਹਰ ਜਲਸੇ ਦੇ ਫਾਤੇ ਮੀਆਂ ਸਾਹਿਬ ਜਿਹੜੀ ਖਤਾਬ ਕਰ ਲੈਂਦੇ ਨੇ ਫਾਤੇ ਮੀਆਂ ਸਾਹਿਬ ਮੀਆਂ ਸਾਹਿਬ ਦੇ ਲੱਗੇ ਪਿਛੇ ਪੂਰੀ ਕੌਮ ਇਨਸ਼ਾ ਅੱਲਾਹ ਤਾਲਾ ਇਨਸ਼ਾ ਅੱਲਾਹ ਤਾਲਾ ਵੋਟ ਨੂੰ ਇੱਜ਼ਤ ਮਿਲ ਕੇ ਰਹਿਣੀ ਤੇ ਬੜੀ ਉਮੀਦ ਹੈ ਕਿ ਅੱਲਾਹ ਤਾਲਾ ਦੀ ਜ਼ਾਤੋਂ ਬਿਹਤਰੀ ਨਿਕਲੇਗੀ ਸਾਡੇ ਮੁਲਕ ਦੀ ਔਰ ਮੀਆਂ ਸਾਹਿਬ ਨੇ ਜਿਹੜਾ ਬੀੜਾ ਚੁੱਕਿਆ ਹੈ ਵੋਟ ਕੋ ਇੱਜ਼ਤ ਦੋ 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 ਉਹ ਜਦੋਂ ਸੁਣੋ ਇੰਨਾ ਮਜ਼ਾ ਆਂਦਾ ਐ ਇਸ ਨਾਰੇ ਦਾ ਮੀਆਂ ਸਾਹਰੇ ਤੇ ਕਾਰਤਾ ਪੁਰੀਕਾਮ ਨੂੰ ਜਿਹੜਾ ਨਾ دیਵਾਨਾ ਬਣਾ ਦਿੱਤਾ ਵੀ ਉਹ ਮੈਂ ਤੇ ਘਰ ਵਿੱਚ ਬੱਚਿਆਂ ਨੂੰ ਵੀ ਸिखਾਨੀ ਆ ਕਿ ਭਈ ਇਹ ਨਾਰਾ ਯਾਦ ਕਰੋ ਉਹ ਫੇ ਬੱਚੇ ਜਿਸ ਤਰ੍ਹਾਂ ਕੋਈ ਟੁੱਟਾ ਫੁੱਟਾ ਕਹਿੰਦੇ ਨੇ ਪਰ ਬੜਾ ਸ਼ੌਕ ਆਂਦਾ ਬੱਚਿਆਂ ਨੂੰ ਵੀ ਸिखਾਨੀ ਆ ਇਹਨਾਂ ਨੂੰ ਵੀ ਪਤਾ ਚੱਲੇ ਕਿ ਭਈ ਵੋਟ ਦੀ ਜਿਹੜੀ ਨਾ ਇੱਜ਼ਤ ਕਰਨੀ ਤਾਂ ਹੁਣ ਤੋਂ ਹੀ ਅਸੀਂ ਉਹਨਾਂ ਨੂੰ ਸਿਖਾਵਾਂਗੇ ਤੇ ਪਤਾ ਚੱਲੇਗਾ ਤੇ ਚਲੋ ਜੀ ਹੁਣ ਹਲੇ ਤੇ ਖਿਤਾਬ ਖਤਮ ਹੀ ਹੋਇਆ ਮੈਂ ਫਟਾਫਟ ਬੈਠ ਗਈਆਂ ਕਰਨ ਵਾਸਤੇ ਕਿ ਹਲੇ ਡਿਟੇਲਸ ਉਹ ਸਾਰੇ ਡਿਸਕਸ਼ਨ ਹੋਣੀ ਉਹਦੇ ਸਭ ਕੁਝ ਸੁਣੇ ਆ ਤਾਂ ਫਟਾਫਟ ਕੇ ਵੀ ਚਲੋ ਵੀ ਦੋ ਚਾਰ ਲਫ਼ਜ਼ ਬੋਲੋ ਤੇ ਫਿਰ ਫਿਰ ਇਨਸ਼ਾਅੱਲਾ ਕੱਲ ਫਿਰ ਨਵੇਂ ਮੌਜੂ ਤੇ ਨਾਲ ਆਵਾਂਗੇ ਔਰ ਨਵੀਂ ਗੱਲ ਕਰਾਂਗੇ ਤੇ ਜਾਂਦੇ ਜਾਂਦੇ ਬਸ ਮੈਨੂੰ ਕੋਈ ਗੱਲ ਯਾਦ ਆ ਗਈ ਹੈ ਜਿਹੜੇ ਔਰ ਇਹਦਾ ਇਫਤਾਹ ਕੀਤਾ ਔਰੈਂਜ ਸਟ੍ਰੇਨ ਦਾ ਵੇਸੇ ਵਈ ਬੜੇ ਬੇਸ਼ਰਮ ਲੋਗ ਨੇ ਜਿਹੜੇ ਬੈਠੇ ਨੇ ਬਾਜਵਾ ਸਾਹਮਣੇ ਜਿਹੜੇ ਬਿਠਾਏ ਨੇ ਕਿ ਮਨਸੂਬੇ ਕਿਨਾਂ ਦੇ ਤੇ ਇਫਤਤਾਹ ਕੌਣ ਕਰ ਰਹੇ ਨੇ ਤੇ ਇਹਨਾਂ ਨੂੰ ਕਰਨ ਵਾਲਿਆਂ ਨੂੰ ਇਫਤਾ ਸ਼ਰਮ ਵੀ ਨਹੀਂ ਆਂਦੀ ਅੱਖ ਚ ਹਿਆ ਨਹੀਂ ਉਹ ਖਵਾਜਾ ਸਾਹਿਬ ਦੀ ਗੱਲ ਯਾਦ ਆ ਜਾਂਦੀ ਕੋਈ ਸ਼ਰਮ ਹੁੰਦੀ ਏ ਕੋਈ ਹਿਆ ਹੁੰਦੀ ਏ ਪਰ ਇਹਨਾਂ ਚਤੇ ਕੱਖ ਕੰਡਾ ਨਹੀਂ ਜੇ ਯਕੀਨ ਮੰਨੋ ਤੇ ਇਫਤਾ ਕਰਦੇ ਫਿਰਦੇ ਪਹਿਲੇ ਅਦਾਲਤਾਂ ਚ ਗਏ ਸਨ ਕਿ ਅਸੀਂ ਇਹਨਾਂ ਰੁਕਵਾ ਦੇਈਏ ਹਾਂ ਔਰ ਫਿਰ ਹੋਣਾ ਜਿਹਨਾਂ ਨੂੰ ਉਹ ਮਨਸੂਬਾ ਇਫਤਤਾਹ ਕਰਨਾ ਯਾਦ ਆ ਗਿਆ ਬੜ ਬਿਸ਼ਰਮ ਟੋਲਾ ਜੇ ਭਈ ਬਹੁਤ ਹੀ ਬੇਸ਼ਰਮ ਟੋਲਾ ਤੇ ਚੱਲਨੀ ਆ ਤੇ ਫਿਰ ਨਵੇਂ ਫਿਰ ਮੌਜੂਦੇ ਨਾਲ ਕੱਲ ਇਨਸ਼ਾਅੱਲਾ ਮਿਲਾਂਗੇ ਔਰ ਨਵੀਆਂ ਗੱਲਾਂ ਔਰ ਨਵੇਂ ਮੌਸੂ ਤੇ ਇਨਸ਼ਾਅੱਲਾ ਜੇ ਤੁਸੀਂ ਮੇਰਾ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਮੇਰੀ ਗੱਲ ਸੁਣਨਾ ਚਾਹੁੰਦੇ ਹੋ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਫਿਰ ਕੱਲ ਨਵੇਂ ਮੌਜੂਨਾ ラブラカ。